ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸਿੰਗਰ ਕਰਨ ਔਜਲਾ ਦੀਆਂ ਸੋਸ਼ਲ ਮੀਡੀਆ ਤੇ ਕਈ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਅਤੇ ਲੋਕ ਕਹਿ ਰਹੇ ਨੇ ਕਿ ਹੁਣ ਨਿੱਕੇ ਸਿੱਧੂ ਮੂਸੇਵਾਲੇ ਤੋਂ ਬਾਅਦ ਕਰਨ ਔਜਲਾ ਦੇ ਘਰ ਵੀ ਨੰਨੇ ਮਹਿਮਾਨ ਨੇ ਜਨਮ ਲਿਆ ਹੈ ਫੈਨਸ ਇਸ ਗੱਲ ਨੂੰ ਲੈ ਕੇ ਕਾਫੀ ਜ਼ਿਆਦਾ ਖੁਸ਼ ਨੇ ਕਿਉਂਕਿ ਜਿਵੇਂ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਕਰਨ ਔਜਲਾ ਦੇ ਵਿਆਹ ਨੂੰ ਪੂਰੇ 2 ਸਾਲ ਬੀਤ ਚੁੱਕੇ ਨੇ ਅਤੇ ਜਿਉਂ ਹੀ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਦੀ ਖਬਰ ਸਾਹਮਣੇ ਆਉਂਦੀ ਹੈ ਤੇ ਫੈਨਸ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਹਿੰਦਾ ਕਰਨ ਔਜਲਾ ਤੇ ਉਸ ਦੀ ਵਾਈਫ ਦੀ ਉਹ ਤਸਵੀਰ ਤੁਸੀਂ ਵੀਡੀਓ ਤੇ ਵੀ ਦੇਖ ਰਹੇ ਹੋ ਵੀਡੀਓ ਦੇ ਵਿੱਚ ਦੀ ਕਹਾਇਆ ਜਾ ਰਿਹਾ ਹੈ ਕਿ ਕਰਨ ਔਜਲਾ ਦੇ ਘਰ ਨੰਨੀ ਧੀ ਨੇ ਜਨਮ ਲਿਆ ਹੈ ਅਤੇ ਉੱਥੇ ਹੀ ਦੂਸਰੀ ਵੀਡੀਓ ਦੇ ਵਿੱਚ ਉਹ ਖੇੜਦੀ ਹੋਈ ਨਜ਼ਰ ਆ ਰਹੀ ਹੈ। ਉੱਥੇ ਜੇਕਰ ਆਪਾਂ ਗੱਲ ਕਰੀਏ ਕਰਨ ਔਜਲਾ ਦੀ ਆਫੀਸ਼ੀਅਲ ਸਟੇਟਮੈਂਟ ਬਾਰੇ ਤਾਂ ਹਾਲੇ ਤੱਕ ਕਰਨ ਔਜਲਾ ਨੇ ਇਸ ਤੇ ਕੋਈ ਵੀ ਆਫੀਸ਼ੀਅਲ ਸਟੇਟਮੈਂਟ ਨਹੀਂ ਦਿੱਤੀ। ਪਰ ਉੱਥੇ ਹੀ ਅਸੀਂ ਤੁਹਾਡੇ ਨਾਲ ਇਹ ਜਾਣਕਾਰੀ ਵੀ ਸਾਂਝੀ ਕਰਨਾ ਚਾਹਾਂਗੇ ਕਿ ਜਦ ਕਰਨ ਔਜਲਾ ਦੀ ਮੈਰਿਜ ਹੋਈ ਸੀ ਤਾਂ ਉਸ ਵਕਤ ਵੀ ਕਰਨ ਔਜਲਾ ਨੇ ਆਪਣੀ ਵੈਡਿੰਗ ਨੂੰ ਪ੍ਰਾਈਵੇਟ ਹੀ ਰੱਖਿਆ ਸੀ। ਐਂਡ ਇਸੇ ਤਰ੍ਹਾਂ ਹੀ ਸੋਸ਼ਲ ਮੀਡੀਆ ਤੇ ਕਈ ਪਿਕਸ ਐਂਡ ਵੀਡੀਓਜ਼ ਉਹਨਾਂ ਦੀ ਮੈਰਿਜ ਦੀਆਂ ਵਾਇਰਲ ਹੋਈਆਂ ਸਨ। ਪਰ ਇਸ ਵੀਡੀਓ ਦੇ ਵਿੱਚ ਕਿੰਨੀ ਕ ਸੱਚਾਈ ਹੈ ਇਸ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ ਉਮੀਦ ਕਰਦੇ ਹਾਂ ਕਿ ਜਲਦ ਹੀ ਕਰਨ ਔਜਲਾ ਇਸ ਵੀਡੀਓ ਉੱਪਰ ਆਪਣੀ ਆਫੀਸ਼ੀਅਲ ਸਟੇਟਮੈਂਟ ਦੇਣਗੇ ਅਤੇ ਸਾਨੂੰ ਸੱਚ ਦੇ ਨਾਲ ਜਾਣੂ ਕਰਵਾਣਗੇ